13 ਸਾਲ ਦੇ 7ਵੀਂ 'ਚ ਪੜ੍ਹਦੇ ਅਭਿਜੋਤ ਦੀ ਇਹ ਤਸਵੀਰ ਅਤੇ ਇੱਧਰ ਪਿੰਡ ਵਾਲਿਆਂ ਸਮੇਤ ਪਰਿਵਾਰਕ ਮੈਂਬਰ ਜੋ ਕਿ ਦਰਿਆ ਦੇ ਨੇੜੇ ਆਪਣੇ ਪੁੱਤ ਦੀ ਉਡੀਕ ਕਰ ਰਹੇ ਨੇ। ਦਰਅਸਲ ਬੀਤੇ ਦਿਨੀ ਘਰ ਤੋਂ ਇਹ ਬੱਚਾ ਮਾਂ ਨੂੰ ਦੱਸ ਕੇ ਗਿਆ ਸੀ ਕਿ ਮੈਂ ਹੁਣੇ ਆ ਜਾਵਾਂਗਾ। ਉਹ ਸਾਈਕਲ ਲੈ ਕੇ ਘਰੋਂ ਨਿਕਲਦਾ ਪਰ ਬਾਅਦ ਦੇ ਵਿੱਚ ਉਹ ਵਾਪਸ ਨਹੀਂ ਪਰਤਦਾ। ਦੱਸ ਦਈਏ ਕਿ ਇਸ ਦੇ ਪਿਤਾ ਦੁਬਈ ਦੇ ਵਿੱਚ ਕੰਮ ਕਰਦੇ ਨੇ ਅਤੇ ਇੱਧਰ ਮਾਂ ਘਰ ਦੇ ਵਿੱਚ ਇਕੱਲੀ ਸੀ, ਜਿਸ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੋ ਗਿਆ। ਮਾਂ ਪਿਓ ਦਾ ਇਹ ਇਕਲੌਤਾ ਪੁੱਤਰ ਜਿਸ ਦੀ ਉਮਰ 13 ਸਾਲ ਦੀ ਹੈ, ਮਾਂ ਬਾਰ ਬਾਰ ਉਹੀ ਗੱਲਾਂ ਦੁਹਰਾ ਰਹੀ ਹੈ ਕਿ ਉਹ ਪੁੱਤ ਆਖਿਰਕਾਰ ਕੀ ਕਹਿ ਕੇ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਇਸ ਮਗਰੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਗੋਤਾਖੋਰਾਂ ਦੀ ਟੀਮ ਬੁਲਾਈ ਗਈ। ਇਸ ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ ਪਰ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਕੀ ਹੈ, ਇਹ ਮੁੰਡਾ ਕਿੱਥੇ ਗਾਇਬ ਹੋ ਗਿਆ, ਕੀ ਗੱਲਬਾਤ ਹੋਈ ਸੀ, ਉਸ ਸਾਰ ਨੂੰ ਲੈ ਕੇ ਪਰਿਵਾਰਕ ਮੈਂਬਰ ਹੀ ਵਧੇਰੇ ਚੰਗੀ ਤਰ੍ਹਾਂ ਦੱਸ ਸਕਦੇ ਨੇ। ਪਰ ਇਸ ਤੋਂ ਪਹਿਲਾਂ ਹੁਣ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਛ ਦੱਸਿਆ ਗਿਆ ਉਹ ਜਾਣ ਲੈਂਦੇ ਹਾਂ ਅਤੇ ਪੁਲਿਸ ਨੇ ਆਪਣੇ ਪੱਧਰ 'ਤੇ ਕੀ ਕਾਰਵਾਈ ਕੀਤੀ ਹੈ ਸੁਣਦੇ ਹਾਂ। ਮਾਂ ਪਿਓ ਦਾ ਨਿੱਕਾ ਜਿਹਾ ਇਕਲੌਤਾ ਪੁੱਤ ਸਵੇਰੇ ਚੰਗਾ ਭਲਾ ਘਰ ਤੋਂ ਬਾਹਰ ਜਾਂਦਾ ਹੈ ਪਰ ਉਸ ਤੋਂ ਬਾਅਦ ਉਸਦਾ ਕੁਝ ਵੀ ਪਤਾ ਨਹੀਂ ਲੱਗਦਾ। ਮਾਂ ਬਾਪ ਤੰਗ ਪਰੇਸ਼ਾਨ ਹੁੰਦੇ ਨੇ ਅਤੇ ਆਪਣੇ ਬੱਚੇ ਦੀ ਭਾਲ ਸ਼ੁਰੂ ਕਰਦੇ ਨੇ। ਕਿਤੇ ਉਸਦੀਆਂ ਚੱਪਲਾਂ ਮਿਲੀਆਂ ਅਤੇ ਕਿਤੇ ਉਸਦਾ ਸਾਈਕਲ ਬਰਾਮਦ ਹੋਇਆ। ਇਹ ਘਟਨਾ ਨੰਗਲ ਦੇ ਨਾਲ ਲੱਗਦੇ ਪਿੰਡ ਬਟੋਲੀ ਤੋਂ ਸਾਹਮਣੇ ਆਏ, ਜਿੱਥੇ ਇੱਕ ਬੱਚਾ ਹੁਣ ਤੱਕ ਨਹੀਂ ਪਤਾ ਲੱਗਿਆ ਉਹ ਕਿੱਥੇ ਚਲਾ ਗਿਆ, ਪਰ ਉਸਦੀ ਚੱਪਲਾਂ ਅਤੇ ਸਾਈਕਲ ਜ਼ਰੂਰ ਨੰਗਲ ਡੈਮ ਦੇ ਨੇੜੇ ਘਰਦਿਆਂ ਨੂੰ ਬਰਾਮਦ ਹੋਈਆਂ ਨੇ। ਇਹ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਚਿੰਤਾ ਹੋਰ ਵੀ ਵੱਧ ਗਈ ਕਿ ਆਖਿਰਕਾਰ ਡੈਮ ਦੇ ਨਜ਼ਦੀਕ ਹੀ ਸਾਰਾ ਸਮਾਨ ਕਿਉਂ ਮਿਲਿਆ। ਇਸ ਸੰਬੰਧੀ ਨੰਗਲ ਪੁਲਿਸ ਅਤੇ ਮੈਥਪੁਰ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਬੀਤੀ ਦੇਰ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਮ ਦਾ ਇਹ ਬੱਚਾ ਆਪਣੀ ਮਾਂ ਨੂੰ ਕਹਿ ਕੇ ਗਿਆ ਸੀ ਕਿ ਮੈਂ ਹੁਣੀ ਆਇਆ, ਸਾਈਕਲ 'ਤੇ ਘਰੋਂ ਨਿਕਲਿਆ ਸੀ, ਉਹ ਜਲਦੀ ਆ ਰਿਹਾ। ਪਰ ਜਦੋਂ ਬੱਚਾ ਕਾਫੀ ਦੇਰ ਤੱਕ ਘਰ ਨਾ ਪਰਤਿਆ ਘਰੋਂ ਸਾਈਕਲ ਉਸਨੇ ਲਿਆ ਅਤੇ ਉਸ ਤੋਂ ਬਾਅਦ ਘਰੋਂ ਨਿਕਲ ਗਿਆ। ਜਲਦੀ ਹੀ ਜਦੋਂ ਉਸਦੇ ਵਾਪਸ ਆਉਣ ਦੀ ਕੋਈ ਉਮੀਦ ਘਰਦਿਆਂ ਨੂੰ ਨਾ ਦਿਖੀ ਤਾਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਮਾਪੇ ਚਿੰਤਾ ਦੇ ਵਿੱਚ ਡੁੱਬ ਗਏ। ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਬੱਚਾ ਪਤਾ ਨਹੀਂ ਕਿੱਥੇ ਚਲਾ ਗਿਆ। ਪਿੰਡ ਦੇ ਵਿੱਚ ਇਹ ਗੱਲ ਜਦੋਂ ਘੁੰਮੀ ਤਾਂ ਹਰੇਕ ਨੇ ਉਸਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅਭਿਜੋਤ ਨੂੰ ਲੱਭਣ ਦੇ ਲਈ ਹਰ ਇੱਕ ਨੇ ਕੋਸ਼ਿਸ਼ ਕੀਤੀ ਪਰ ਉਸ ਬੱਚੇ ਦੀ ਚੱਪਲਾਂ ਅਤੇ ਸਾਈਕਲ ਹੀ ਮਿਲ ਪਾਇਆ ਅਤੇ ਉਸਦੇ ਬਾਰੇ ਕੋਈ ਵੀ ਸੂਚਨਾ ਪ੍ਰਾਪਤ ਨਹੀਂ ਹੋਈ। ਫਿਲਹਾਲ ਪੁਲਿਸ ਦੇ ਵੱਲੋਂ ਉਸਦੀ ਭਾਲ ਜਾਰੀ ਹੈ। ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਅਤੇ ਨਾਲ ਹੀ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ। ਇਸੇ ਦੌਰਾਨ ਹੀ ਗੋਤਾਖੋਰਾਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਰੱਖੋ। ਦੱਸ ਦਈਏ ਕਿ ਇਹ ਬੱਚਾ ਜਿਸ ਦੀ ਉਮਰ ਮਹਿਜ਼ 13 ਸਾਲ ਦੀ ਦੱਸੀ ਜਾ ਰਹੀ ਹੈ, ਉਹ 7ਵੀਂ ਜਮਾਤ ਦਾ ਵਿਦਿਆਰਥੀ ਸੀ। ਉਸਦੇ ਪਿਤਾ ਨੌਕਰੀ ਦੇ ਲਈ ਦੁਬਈ ਗਏ ਹੋਏ ਨੇ ਅਤੇ ਅਭਿਜੋਤ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਦਾ ਉਹ ਇਕਲੌਤਾ ਪੁੱਤਰ ਸੀ ਅਤੇ ਦੂਸਰੇ ਪਾਸੇ ਜਦੋਂ ਇਸ ਬਾਰੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਤਾਂ ਉਹਨਾਂ ਨੇ ਇਸ ਬੱਚੇ ਦੀ ਭਾਲ ਸ਼ੁਰੂ ਕੀਤੀ। ਸਤਲੁਜ ਦਰਿਆ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਇਆ ਜਾ ਰਿਹਾ। ਇਸ ਮਾਸੂਮ ਬੱਚੇ ਦੇ ਨਾਲ ਆਖਿਰਕਾਰ ਹੋਇਆ ਕੀ ਹੈ, ਇਸ ਨੂੰ ਲੈ ਕੇ ਪੂਰੇ ਪਿੰਡ ਦੇ ਵਿੱਚ ਗੱਲਾਂ ਹੋ ਰਹੀਆਂ ਨੇ। ਹਰ ਕੋਈ ਅਰਦਾਸਾਂ ਕਰ ਰਿਹਾ ਕਿ ਇਹ ਬੱਚਾ ਛੇਤੀ ਤੋਂ ਛੇਤੀ ਆਪਣੀ ਮਾਂ ਦੇ ਕੋਲ ਪਹੁੰਚ ਜਾਵੇ। ਬੁਲਾਏ ਆ, ਰਾਤ ਵੀ ਸਾਡੀ ਪੂਰੀ ਸਪੋਰਟ ਕੀਤੀ ਨਹੀਂ ਪਰ, ਲੇਕਿਨ ਸਾਨੂੰ ਇੱਥੇ ਬਾਕੀ ਤਾਂ ਕੋਈ ਦੇਖਿਆ ਨਹੀਂ ਪੰਜਾਬ ਦਾ ਕੋਈ ਪਰ, ਲੇਕਿਨ ਸਾਡੇ ਮਹਿਤਪੁਰ ਦੇ SHO ਸਾਹਿਬ ਰਾਤ ਵੀ ਸਾਡੇ ਨਾਲ 3-4 ਘੰਟੇ ਵਿਚਾਰੇ ਟੋਲਦੇ ਰਹੇ ਅਤੇ ਹੁਣ ਫਿਰ ਵੀ ਇਹ ਸਾਡੇ ਨਾਲ 2-3 ਘੰਟੇ ਤੋਂ ਆਏ ਹੈ।
ਇੱਥੇ ਖੜ੍ਹੇ ਹੈ। ਬਾਕੀ ਇਹ ਵੀ ਵਿਚਾਰੇ ਕਮਲਜੀਤ ਦੇ ਮੁੰਡੇ ਵੀ ਇੱਥੇ ਲੱਗੇ ਹੈ, ਪੜਤਾਲ ਕਰ ਰਹੇ ਹੈ। ਬਾਕੀ ਹੁਣ ਦੇਖੋ ਅੱਗੇ ਕਿਆ ਬਣਦਾ ਜੀ। ਜਸਪਾਲ ਸਿੰਘ ਇਹ ਲੜਤੀ ਘਰ ਵਾਲਿਆਂ ਵੱਲੋਂ ਸਾਨੂੰ ਸਵੇਰੇ ਬੁਲਾਇਆ ਸੀ ਵੀ ਨੰਡਾ ਡੈਮ ਤੋਂ, ਉੱਥੋਂ ਸਰਚ ਸ਼ੁਰੂ ਕੀਤੀ ਸੀ, ਮੋਜੋ ਵੱਲ ਤਾਂ ਵੀ ਪੁੱਛ ਗਏ, ਪਰ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਮੁੰਡੇ ਦਾ ਜੀ। ਠੀਕ ਹੈ ਜੀ, ਬਾਕੀ ਦੇਖਦੇ ਹਾਂ ਅੱਗੇ ਵੀ ਟੋਲਣਾ ਹਜੇ। ਠੀਕ ਹੈ ਜੀ, ਹਾਂਜੀ। ਤਾਂ ਤੁਸੀਂ ਇੰਨੇ ਏਰੀਏ 'ਚ ਕਵਰ ਕੀਤਾ? ਦਿੱਕਤ ਪਰੇਸ਼ਾਨੀ ਤਾਂ ਇਹੀ ਹੈ ਵੀ ਬੂਟੇ ਬਹੁਤ ਡਿੱਗੇ ਹੋਏ ਆ ਵਿੱਚ, ਕੋਈ ਲੱਤਾਂ ਫਸਦੀਆਂ, ਕੁਛ ਮੱਛੀ ਦੀਆਂ ਡੋਰਾਂ ਹੈ। ਬਾਕੀ ਉਹਨਾਂ ਦੇ ਚੈਟਰ 'ਚ ਸਭ ਇੱਥੇ ਪੁੱਜੇ ਮੋਜੋ ਵੱਲ। ਠੀਕ ਹੈ ਜੀ, ਹੁਣ ਅੱਗੇ ਦੇਖਦੇ ਹਾਂ ਅੱਗੇ ਜਾਣਾ ਬਿੱਲ ਤਾਂ ਨਹੀਂ ਤੱਕ। ਠੀਕ, ਹਾਂਜੀ। ਕੇਸ ਆ ਜਾ ਦੇ ਇੰਦਰ ਦੇ ਬੱਚਿਆਂ ਦੇ ਜੀ, ਆਪਣੇ ਆਪਣੇ ਬੱਚਿਆਂ ਨੂੰ ਘਰੇ ਰੋਕ ਕੇ ਰੱਖਣਾ ਚਾਹੀਦਾ ਜੀ। ਜਾਣ ਇਹ ਦਿਨਾਂ 'ਚ ਤਾਂ ਬਹੁਤ ਜ਼ਿਆਦਾ ਕੇਸ ਆ ਜਾਂਦੇ ਜੀ, ਬੱਚੇ ਜਾ ਕੇ ਛਾਲਾਂ ਮਾਰਦੇ, ਘਰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਬੱਚਾ ਹੈ ਕਿੱਥੇ ਜੀ। ਘਰਦਿਆਂ ਨੂੰ ਇਹ ਅਪੀਲ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ। ਹਾਂਜੀ, ਪੂਰਾ ਮਾਮਲਾ ਐਕਚੁਲੀ, ਧੰਨਵਾਦ ਆਪ ਯਹਾਂ ਪੇ ਰਿਪੋਰਟਿੰਗ ਕਰ ਰਹੇ ਹੈ, ਪਰ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਅਕੋਰਡਿੰਗ ਟੂ ਆਰ ਸਟੈਂਡਿੰਗ ਆਰਡਰ, ਹਮ ਜੋ ਹੈ ਵੋ ਮੀਡੀਆ ਬਾਈਟ ਦੇਣੇ ਕੇ ਲੀਏ ਆਥੋਰਾਈਜ਼ ਨਹੀਂ ਹੈ। ਜੋ ਹਮਾਰੇ ਡੀ ਐਸ ਪੀ ਸਾਹਿਬ ਯਾ ਉਸਸੇ ਉੱਪਰ ਕੇ ਰੈਂਕ ਹੈ ਵਹੀ ਦੇ ਸਕਤੇ ਹੈ। ਸਿਰਫ ਮੈਂ ਬ੍ਰੀਫ ਮੈਂ ਇਤਨਾ ਹੀ ਕਹਿਣਾ ਚਾਹਤਾ ਹੂੰ ਕਿ ਜੈਸਾ ਬੀ ਡੀ ਸੀ ਮੈਂਬਰ ਸਾਹਿਬ ਨੇ ਆਪਕੋ ਮਾਮਲਾ ਬਤਾਇਆ, ਤੋ ਮਾਮਲਾ ਵੀ ਅਧੀਨ ਛਾਨਬੀਨ ਚੱਲ ਰਹੀ ਹੈ, ਔਰ ਆਗੇ ਜੈਸੇ ਵੀ ਸੂਰਤ ਹੋਗੀ, ਜੈਸਾ ਵੀ ਹਮੇ ਸਾਕਸ਼ੇ ਪ੍ਰਾਪਤ ਹੋਗੇ, ਉਸ ਹਿਸਾਬ ਸੇ ਹੀ ਕਾਰਵਾਈ ਹੋਗੀ। ਧੰਨਵਾਦ। ਬਿਲਕੁਲ ਜੀ, ਅਡੀਸ਼ਨਲ